NRI committee, Sardar Mohan Singh Ji, son of Sardar Chanan Singh, Sardar Ranjit Singh Ji, son of Sardar Darshan Singh, Sardar Balwant Singh Ji, son of Sardar Mohan Singh Ji, Tarsem Singh Ji, Dr. Pritam Singh Ji, son of Pritam Singh Ji, or Sardar Makhan Singh, son of Sardar Jagir Singh, Sandeep Singh, son of Sardar Amrik Singh Ji, in a ਸੱਤਾ ਵਿਅਕਤੀਆਂ ਨੂੰ ਬੜੇ ਪਿਆਰ ਸਤਿਕਾਰ ਨਾਲ ਬੇਨਤੀ ਹੈ ਜਿਨ੍ਹਾਂ ਨੇ 20 ਹਜ਼ਾਰ ਰੁਪਈਆ 11 11 ਹਜ਼ਾਰ 10 10 ਹਜ਼ਾਰ ਰੁਪਈਆ ਸਾਨੂੰ ਮਾਣ ਬਖਸ਼ਿਆ ਹੈ ਉਹ ਆਪਣਾ ਸਨਮਾਨ ਲੈਣ ਵਾਸਤੇ ਮੇਨ ਸਟੇਜ ਦੇ ਸਾਹਮਣੇ ਆ ਜਾਣ ਸਰਦਾਰ ਕਮਲਜੀਤ ਸਿੰਘ ਜੀ ਪਾਸਲਾ ਕਮੈਂਟਰੀ ਵਾਲੇ ਉਹ ਭਾਜੀ ਮਨਜੀਤ ਦੱਸ ਦਿੰਦੇ ਟੰਡਾ ਸਾਹਿਬ ਵੀ 10 ਹਜ਼ਾਰ ਰੁਪਈਆ ਟੰਡੇ ਦੇ ਇਸ ਕੱਪ ਵਾਸਤੇ ਮਾਣ ਭੇਜਦੇ ਨੇ ਵਿਸ਼ੇਸ਼ ਤੌਰ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਮਾਈਕ ਓਵਰ ਟੂ ਗਰਾਊਂਡ ਲਓ ਇਧਰ ਮੈਦਾਨ ਦੇ ਵਿੱਚ ਬੰਨਾ ਚਾਕਾਂ ਵਾਲੀ ਦਾ ਬਹਿਜਾ ਬਹਿਜਾ ਕਰਾਉਂਦਾ ਹੋਇਆ ਦੂਸਰੇ ਪਾਸੇ ਹਲਕਾ ਜਿਹਾ ਪੁਸ਼ ਰੁੜਕੇ ਦੇ ਕਿੰਦੇ ਉਹਨਾਂ ਦੀ ਨਾਲ ਬਿੰਦੂ ਉਹਨਾਂ ਦੀ ਖੇਡ ਕਲੱਬ ਹੈ ਉਧਰ ਜੀਤਾ ਬਾਬਾ ਬੈਲਜੀਅਮ ਤੇ ਜਸਪਾਲ ਸਿੰਘ ਜੀ ਹਾਲੈਂਡ ਤੇ ਨਾਲ ਸੜੀ ਵੀਰ ਪਿੰਕਾ ਸੇਖੋ ਜੀ ਉਹਨੀ ਲਾਜ ਬਿਨਾਂ ਮੈਚਾਂ ਦਾ ਆਨੰਦ ਮਾਣ ਰਹੇ ਜੋ ਮੇਨ ਸਪੋਂਸਰ ਨੇ ਨਾਨਕ ਸਿਰ ਕਬੱਡੀ ਕਲੱਬ ਗੁਰਦਾਸ ਬਾਬੂ ਔਲਖ ਵੱਲੋਂ ਧੰਨਵਾਦ ਲਓ ਕਬੱਡੀ ਕੋਨੀ ਦੀ BVS ਕਬੱਡੀ ਕਲੱਬ ਰੁੜਕਾ ਟੋਨੀ ਸੰਧੂ ਤੇ ਬੇਰੀਆ ਸਪੋਰਟਸ ਕਲੱਬ ਦੇ ਬਲਜੀਤ ਸਿੰਘ ਜੀ ਸੰਧੂ ਮੇਨ ਸਪੋਂਸਰਾਂ ਦੇ ਵਿੱਚੋਂ ਇੱਕ ਨੇ ਸਾਰੇ ਸਪੋਂਸਰਾਂ ਦਾ ਧੰਨਵਾਦ ਹੈ ਰਣਜੀਤ ਸਿੰਘ ਜੀ ਟੰਡਾ ਸਾਹਿਬ ਉਹਨਾਂ ਵੱਲੋਂ ਅੱਜ ਦੇ ਇਸ ਟੰਡਿਆਂ ਦੇ ਕਬੱਡੀ ਕੱਪ ਦੇ ਵਿੱਚ ਲਓ ਰੇਡ ਫਿਰ ਮੈਦਾਨ ਦੇ ਅੰਦਰ ਰੂਪਾ ਨੌਜਵਾਨ ਬੈਰੋਕੇ ਵਾਲਾ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਖਿਡਾਰੀ ਰੂਪਾ ਆ ਦੂਸਰੇ ਪਾਸੇ ਗੁਰਦੀਪ ਬੱਲੇ ਬੱਲੇ ਹਨੇਰੀ ਸਾਹਿਬ ਆ ਮਾਧੋਪੁਰੀ ਹੈ ਕਿ ਜੋਰਾਂ ਨਾਲ ਲਓ ਜੱਫਾ ਕਿਨੇ ਕਿ ਪੈਣ ਰੇਡਰ ਦਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਐਚਾ ਉੱਥੋਂ ਦਾ ਅੰਗਰੇਜ਼ ਸੁਣੀ ਦਾ ਖੇਡੇ ਵਿੱਚ ਬਲੈਤਾ ਕਬੱਡੀ ਵਿੱਚ ਇੰਜ ਫੱਬਦਾ ਜਿਵੇਂ ਫਾਰਮ ਟਰੈਕ ਵਿੱਚ ਖੇਡਦਾ ਜਦੋਂ ਅੰਗਰੇਜ਼ ਖੇਡਦਾ ਸੀਗਾ ਫਿਰ ਇੰਗਲੈਂਡ ਦੇ ਵਿੱਚ ਸਾਡੇ ਉਸਤਾਦ ਜੀ ਪ੍ਰੋਫੈਸਰ ਮੱਕਣ ਸਿੰਘ ਜੀ ਹਕੀਮਪੁਰ ਬੋਲਦੇ ਹੁੰਦੇ ਸਨ ਵੀ ਨੌਜਵਾਨ ਦੀ ਦਿੱਖ ਬੜੀ ਪਿਆਰੀ ਹੈ ਲਓ ਇੱਧਰ ਕਬੱਡੀ ਪਾਉਣ ਦੇ ਲਈ ਆ ਨੌਜਵਾਨ ਬੈਂਚਾਂ ਵਾਲਾ ਦੇਖੂ ਇਹਦੀ ਵੀ ਦਿੱਖ ਬੜੀ ਪਿਆਰੀ ਸੁੰਦਰ ਜਿਹਾ ਸਰੀਰ ਗੋਰਾ ਨਿਸ਼ੁਰ ਰੰਗ ਅਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਸ਼ੰਕਰ ਸਿਆ ਪਾਸਰ ਕਬੱਡੀ ਨੌਜਵਾਨ ਹੈ ਲੋਕੀ ਖੜ ਖੜ ਵੇਖਣ ਗੱਭਰੂ ਖੇਡਣ ਜਦੋਂ ਕਬੱਡੀ ਲੋਕੀ ਭੱਬਾਂ ਭਰ ਹੋ ਕੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਨੇ ਲਾਓ ਸ਼ੰਕਰ ਸੰਧਵਾਂ ਦੀ ਪਈ ਹੋਈ ਕਬੱਡੀ ਦੇ ਕਿਹੜਾ ਲਾਓ ਜੱਫਾ ਇਧਰ ਪਾਸੇ ਅੱਗੇ ਵੱਧ ਕੇ ਬਿੱਠੂ ਵਰਗੇ ਨੌਜਵਾਨ ਚੱਕ ਦੇਸਰਾਜ ਵਾਲਾ ਕੋਸ਼ਿਸ਼ ਕਰਦਾ ਢੱਕ ਲੈਣ ਦੀ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਖੇਡਿਆ ਖਿਡਾਰੀ ਲਾ ਇੱਕ ਪਾਸੇ ਸ਼ੰਕਰ ਹੈ ਦੂਸਰੇ ਪਾਸੇ ਬਿੱਠੂ ਤੇ ਸ਼ੰਕਰ ਸੰਧਵਾ ਬਹੁਤ ਵਧੀਆ ਪੁਆਇੰਟ ਅਵਤਾਰ ਸਿੰਘ ਹੁਸ਼ਿਆਰਪੁਰੀ ਆ ਕਿ ਟੱਲੀਆਂ ਦੀ ਟਨ ਟਨ ਵਰਗੇ ਘੁੰਗਰੂ ਦੀ ਛਣ ਛਣ ਵਰਗੇ ਸਰਗੀ ਭਾਤ ਵਰਗੇ ਪੁੰਨਿਆਂ ਦੀ ਰਾਤ ਵਰਗੇ ਸ਼ੇਰਾਂ ਦੀਆਂ ਗਰਜ਼ਾਂ ਵਰਗੇ ਪੂਰੇ ਹੋਏ ਫਰਜ਼ਾਂ ਵਰਗੇ ਫੋੜੇ ਦੀਆਂ ਵਾਰਾਂ ਵਰਗੇ ਛਵੀਆਂ ਦੀਆਂ ਧਾਰਾਂ ਵਰਗੇ ਚਾਨਣ ਮੁਨਾਰੇ ਗੱਭਰੂ ਅੱਖੀਆਂ ਦੇ ਤਾਰੇ ਗੱਭਰੂ ਚਾਵਾਂ ਮਲਾਰਾਂ ਦੇ ਨਾਲ ਮਾਪਿਆਂ ਦੇ ਪਾਲੇ ਗੱਭਰੂ ਬਿਣਕ ਚੱਲ ਵੇਖਣ ਚੱਲੀਏ ਕਿੰਜ ਖੇਡ ਮੈਦਾਨਾਂ ਦੇ ਵਿੱਚ ਬਣਦੇ ਨਜ਼ਾਰੇ ਗੱਭਰੂ ਬਿਣਕ ਚੱਲ ਵੇਖਣ ਚੱਲੀਏ ਖੇਡ ਮੈਦਾਨਾਂ ਵਿੱਚ ਕਿਵੇਂ ਬਣਦੇ ਨਜ਼ਾਰੇ ਗੱਭਰੂ ਸਿੱਧਵਾਂ ਵਾਲਾ ਲੱਖਾ ਗੱਲ ਕਰਦਾ ਨਵੇਂ ਪਿੰਡ ਨੈਚਾਂ ਵਾਲਾ ਰਾਜਾ ਖੇਲਾ ਗੱਲ ਕਰਦਾ ਭਾਣੋਕੀ ਦਾ ਕੁਲਵਿੰਦਰ ਬਿਣਕ ਦੇ ਸੁਖਵੀਰ ਚੌਹਾਨ ਜੀ ਹੋਣੀ ਗੱਲ ਕਰਦੇ ਖੇਡ ਦੇ ਖਿਡਾਰੀਆਂ ਦੀ ਖੇਡ ਕਬੱਡੀ ਦੀ ਆ ਇਹ ਨੌਜਵਾਨ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਜੋਬਨ ਜੋਬਨ ਦੀ ਪਈ ਹੋਈ ਕਬੱਡੀ ਦੇ ਬਿੱਟੂਪੁਰ ਹੀਰਾਂ ਵਾਲਾ ਫਿਰ ਕੋਸ਼ਿਸ਼ ਕਰਦਾ ਹੋਇਆ ਡੱਕਣ ਦੀ ਤੇ ਪੁਆਇੰਟ ਨਾਨਕ ਸਿਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਪਤਾਰੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੜਾ ਤੇਜ਼ ਖਿਡਾਰੀ ਹੈ ਇਹ ਪੱਬਾਂ ਦਾ ਛੋਲਾ ਖਿਡਾਰੀ ਹੈ ਛੋਲੇ ਖਿਡਾਰੀ ਨੂੰ ਕੌਣ ਟੱਕ ਪਾਉਣ ਦੀ ਕੋਸ਼ਿਸ਼ ਕਰਦਾ ਮੈਦਾਨ ਦੇ ਅੰਦਰ ਪਤਾਰੇ ਵਾਲੇ ਪਿੰਨੀ ਦੀ ਪਈ ਹੋਈ ਕਬੱਡੀ ਦੇ ਕਿਹੜਾ ਲਾਓ ਜਫਾ ਅੱਗੇ ਵੱਧ ਕੇ ਕੀਤੇ ਹਮਲੇ ਨੂੰ ਕੀਤੇ ਕੌਣ ਨੌਜਵਾਨ ਠੱਲ ਪਾਵੇਗਾ ਇੱਧਰ ਦੇਖਦੇ ਵੀ ਬੰਟੀ ਨੌਜਵਾਨ ਚੌੜੇ ਮਧਰੇ ਵਾਲਾ ਬੰਟੀ ਗੁਰਦਾਸਪੁਰੀ ਹੈ ਜੋ ਖੇਡਿਆ ਯੂਰਪ ਦੇ ਖੇਡ ਮੈਦਾਨਾਂ ਦੇ ਅੰਦਰ ਲਾ ਲਾਉਂਦਾ ਇੱਕ ਯੂਰ ਦੇ ਨਾਲ ਜਫਾ ਬੰਟੀ ਕਿ ਸੰਦੀਪ ਲੱਲੀਆਂ ਵਾਂਗੂ ਨਾ ਛਾਲ ਕਿਸੇ ਤੋਂ ਵੱਜੇ ਗੁੱਗੂ ਕਾਲੂ ਜੱਸੇ ਗੁਲਜ਼ਾਰੀ ਸੋਨੂੰ ਜੰਪ ਦੇਵੰਗ ਨਾ ਕੋਈ ਪੱਬਾ ਉੱਤੇ ਭੱਜੇ ਗੱਜ ਤੋਂ ਚੌੜੀ ਛਾਤੀ ਵਾਲਾ ਕੀਪਰ ਸੱਦੂ ਵਾਲਦਾ ਦਿਲ ਤੇ ਸ਼ੇਰ ਦਹਾੜ ਦਾ ਬਾਨੀ ਧਾਲੀ ਵਾਲਦਾ ਚੱਲ ਗੁਰਲਾਲ ਘਨੌਰ ਦੀ ਤਾਂ ਮਟਕ ਮਟਕਾ ਕਰਦੀ ਸੰਦੀਪ ਲੱਦੜ ਦੇ ਜ਼ੋਰ ਦੀ ਦੁਨੀਆ ਪਾਣੀ ਭਰਦੀ ਗੋਗੋ ਵਰਗੇ ਚੱਟ ਗਿੱਟੇ ਨੂੰ ਚੁੱਕਦੇ ਨੇ ਖੇਡ ਕਬੱਡੀ ਵਿੱਚ ਮੈਦਾਨੇ ਜਿਹੜਾ ਬੁੱਕਦੇ ਨੇ ਲੋਕੀ ਖੜ ਖੜੇ ਉਹਨਾਂ ਦੇ ਸਰਨਾਵੇਂ ਪੁੱਛਦੇ ਨੇ ਪਤੇ ਪੁੱਛੇ ਜਾਂਦੇ ਉਹਨਾਂ ਖਿਡਾਰੀਆਂ ਦੇ ਵੀ ਚਾਕਾਂ ਵਾਲੀ ਪਿੰਡ ਕਿੱਥੇ ਹੈ ਮੁੰਡਾ ਗੁਰਦਾਸਪੁਰੀ ਆ ਬਹਿਜਾ ਦਾ ਕਰਵਾ ਗਿਆ ਰਣਜੀਤ ਟੰਡੇ ਉਹਨਾਂ ਦੇ ਪਿੰਡ ਦੇ ਵਿੱਚ ਲਓ ਬਹਿਜਾ ਬਹਿਜਾ ਹੁੰਦੀ ਹੋਈ ਇੱਕ ਪਾਸੇ ਮਾਧੋਵਲ ਮਾਧੋਪੁਰੀਆ ਨੌਜਵਾਨ ਪਰ ਦੂਸਰੇ ਪਾਸੇ ਚਾਕਾਂ ਵਾਲੀ ਦਾ ਮੰਨਾ ਇੱਕ ਹੋਰ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਬੈਂਚਾਂ ਵਾਲਾ ਰਾਜੂ
ਬੈਂਚਾਂ ਵਾਲਾ ਨਿੱਕੂ ਸੌਰੀ ਨਿੱਕੂ ਬਹਾਦਰ ਹੀ ਖੜਾ ਨੇ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਮੈਦਾਨ ਦੇ ਵਿੱਚ ਮਾਲਵਾ ਕਬੱਡੀ ਕਲੱਬ ਸਮਰਾਲਾ ਤੇ ਸ਼ਹੀਦ ਭਜਨ ਸਿੰਘ ਕਬੱਡੀ ਕਲੱਬ ਦਿੜਬਾ ਥਰਡ ਮੁਕਾਬਲਾ ਖੇਡਿਆ ਜਾਵੇਗਾ ਦੋਵੇਂ ਟੀਮਾਂ ਤਿਆਰ ਹੋ ਜਾਣ ਅਗਲੇ ਮੈਚ ਦੇ ਵਾਸਤੇ ਲਓ ਅਗਲੀ ਰੇਡ ਪਾਉਣ ਦੇ ਵਾਸਤੇ ਨਿੱਕੂ ਬੈਂਚਾਂ ਵਾਲਾ ਵਧਿਆ ਹੋਇਆ ਖਿਡਾਰੀ ਦੂਸਰੇ ਪਾਸੇ ਸੁੱਖ ਦੇਖਦਾ ਵੀ ਖੁਸ਼ ਨੌਜਵਾਨ ਸੰਧਵਾ ਵਾਲਾ ਖੁਸ਼ਦੀਪ ਸਿੰਘ ਕੋਸ਼ਿਸ਼ ਕਰਦਾ ਹੋਇਆ ਪਰ ਸਫਲਤਾ ਰੇਡਰ ਦੇ ਕਦਮ ਚੁੰਮਦੀ ਹੋਈ ਅਗਲੀ ਰੇਡ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਵੈਰੋਕੇ ਵਾਲਾ ਰੂਪਾ ਰੂਪਾ ਵੈਰੋਕੇ ਕਬੱਡੀ ਪਾਉਣ ਦੇ ਵਾਸਤੇ ਵਧਦਾ ਹੋਇਆ ਮੈਦਾਨ ਦੇ ਵਿੱਚ ਵੈਰੋਕੇ ਵਾਲਾ ਰੂਪਾ ਪਈ ਹੋਈ ਕਬੱਡੀ ਤੇ ਗੱਲ ਇਧਰ ਪਾਸੇ ਦੇਖਦੇ ਵੀ ਕੀ ਬਣਦੀ ਹੈ ਚਾਰ ਨੌਜਵਾਨਾਂ ਦੇ ਵਿੱਚ ਫਿਰ ਕੌਣ ਜਫਾ ਲਾਵੇਗਾ ਵਾ ਨੇਰੀ ਸਾਹ ਪਵੀ ਨੌਜਵਾਨ ਡੱਫਰ ਵਾਲਾ ਲਾ ਜਫਾ ਮੈਦਾਨ ਦੇ ਵਿੱਚ ਹੁਸ਼ਿਆਰਪੁਰੀ ਆ ਪਵੀ ਡੱਫਰ ਪਿੰਡ ਦਾ ਬਹੁਤ ਵਧੀਆ ਜਫਾ ਲਾ ਕੇ ਬਾਹਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਸੁੰਦਰ ਜੈਂਕ ਮੈਦਾਨ ਦੇ ਅੰਦਰ ਜੁੜਦਾ ਹੋਇਆ ਤੇ ਅਗਲੀ ਰੇਡ ਪਾਉਣ ਦੇ ਲਈ ਅਵਤਾਰ ਸਿੰਘ ਬਾਜਵਾ ਫਿਰ ਵਧਿਆ ਹੋਇਆ ਹੁਸ਼ਿਆਰਪੁਰੀ ਆ ਰੇਡ ਕਰੀ ਕਬੱਡੀ ਵਿੱਚ ਤਾਂ ਪੈਂਦੀ ਹੋਵੇ ਫੁਰਤੀ ਦੇ ਪਿੰਡੇ ਵਿੱਚ ਬਾਜ਼ ਵਰਗੀ ਇੱਕ ਹੱਥਾਂ ਦੀ ਪਕੜ ਮਜ਼ਬੂਤ ਹੋਵੇ ਜਵਾਨੀ ਉੱਡਣੇ ਪਰਿੰਦਿਆਂ ਨੂੰ ਫਿਰ ਘੇਰ ਫੜਦੀ ਦੁਨੀਆ ਆਪਣੀ ਥਾਂ ਤੋਂ ਨਹੀਂ ਹਿਲਦੀ ਜਦੋਂ ਮੈਚ ਦੇਖਣ ਦੀ ਆਣ ਖੜਦੀ ਸੋਹਣੀ ਖੇਡ ਕਬੱਡੀ ਚੌਹਾਨ ਯਾਰਾ ਜਿਹੜੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਜਿਹੜੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਲਓ ਰਾਜ ਖੇਡ ਕਬੱਡੀ ਸ਼ੰਕਰ ਸੰਧਵਾਂ ਵਾਲਾ ਕਬੱਡੀ ਪਾਉਣ ਦੇ ਵਾਸਤੇ ਫਿਰ ਖਿਡਾਰੀ ਮੈਦਾਨ ਦੇ ਵਿੱਚ ਵਧਿਆ ਹੋਇਆ ਔਰ ਦੂਸਰੇ ਪਾਸੇ ਬਿੱਟੂ ਬੱਲੇ ਬੱਲੇ ਹੁੰਦੀ ਹੋਈ ਪਰ ਹੀਰਾ ਵਾਲਾ ਪੈ ਗਈ ਪੁੱਠੀ ਹੰਦੇ ਦੂਰ ਲਓ ਕਬੱਡੀ 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 ਦੇ ਪੁਆਇੰਟ ਸ਼ੰਕਰ ਸੰਧਵਾਂ ਵਾਲਾ ਹਲਕੇ ਹਲਕੇ ਆਸੇ ਪੁਆਇੰਟ ਜੋੜਦਾ ਹੋਇਆ ਨਾਨਕ ਸਿਰ ਕਬੱਡੀ ਕਲੱਬ ਗੁਰਦਾਸਪੁਰ ਦੇ ਵਾਸਤੇ ਚੱਲ ਵੀ ਪਤਾਰੇ ਵਾਲਾ ਪਾ ਕਬੱਡੀ ਨੌਜਵਾਨ ਪਿੰਡੀ ਪਤਾਰਾ ਬਹੁਤ ਤੇਜ਼ ਤਾਰ ਖਿਡਾਰੀ ਦੀ ਪਈ ਹੋਈ ਕਬੱਡੀ ਫਿਰ ਦੇਖਦਾ ਵੀ ਵੱਖਰੇ ਅੰਦਾਜ਼ ਦੇ ਨਾਲ ਅੱਗੇ ਵੱਧ ਕੇ ਨੌਜਵਾਨ ਪਾਉਂਦਾ ਹੋਇਆ ਕਬੱਡੀ ਦੇ ਗੇਂਦਾ ਘੁਮਾਣ ਕਰਦਾ ਕੁਛ ਡੱਕਰਨ ਦੀ ਗੁਰਦਾਸਪੁਰੀ ਹੈ ਪਤਾਰੇ ਵਾਲਾ ਪਿੰਨੀ ਇੱਕ ਹੋਰ ਨੰਬਰ ਜੋੜਦਾ ਹੋਇਆ ਆਖਰੀ ਪਲਾਂ ਦੇ ਵਿੱਚ ਮੁਕਾਬਲਾ ਹੈ ਪਰ ਉਧਰ ਦੇਖਦੇ ਵੀ ਮਾਨ ਕਬੱਡੀ ਦੇ ਖਿਡਾਰੀ ਇਸ ਮੈਦਾਨ ਦੇ ਅੰਦਰ ਪੁੱਜ ਰਹੇ ਨੇ ਜਦੋਂ ਅਗਲਾ ਮੈਚ ਹੋਵੇਗਾ ਫਿਰ ਇਕੱਲੇ ਇਕੱਲੇ ਦਾ ਬਾਇਓਡਾਟਾ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਸਾਡੇ ਅਰਵਿੰਦਰ ਕੋਚੜ ਜੀ ਰਿੰਕਾ ਮੌਤ ਸਾਹਿਬ ਸਾਰੇ ਐਸ ਐਨ ਜਸਰੋਜ ਸਾਹਿਬ ਬੁਲਾਰਿਆਂ ਦਾ ਵੀ ਧੰਨਵਾਦ ਹੈ ਜਰਨਲਿਸਟ ਦਾ ਧੰਨਵਾਦ ਖਿਡਾਰੀਆਂ ਦਾ ਧੰਨਵਾਦ ਕੋਚਾਂ ਦਾ ਧੰਨਵਾਦ ਉਧਰ ਜੀ ਐਸ ਕਲੇਅਰ ਸਾਹਿਬ ਲਾਓ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਜੋਬਨ ਹੈ ਵਾਹ ਬਹੁਤ ਵਧੀਆ ਪ੍ਰਦਰਸ਼ਨ ਇਸ ਮੈਦਾਨ ਦੇ ਅੰਦਰ ਖਿਡਾਰੀਆਂ ਦਾ ਖੇਡਿਆ ਜਾ ਰਿਹਾ ਇਹ ਮੁਕਾਬਲਾ ਅਗਲਾ ਤੀਸਰਾ ਮੈਚ ਵੀ ਵੇਖਣ ਯੋਗ ਹੋਵੇਗਾ ਇੱਕ ਪਾਸੇ ਮਾਲਵਾ ਕਬੱਡੀ ਕਲੱਬ ਸਮਰਾਲਾ ਹੈ ਦੂਸਰੇ ਪਾਸੇ ਸ਼ਹੀਦ ਭਜਨ ਸਿੰਘ ਕਬੱਡੀ ਕਲੱਬ ਦਿੱਬਾ ਇਹ ਤੀਸਰਾ ਮੁਕਾਬਲਾ ਖੇਡਿਆ ਜਾਵੇਗਾ ਆ ਗੁਰਦੀਪ ਨੇ ਬਹੁਤ ਵਧੀਆ ਜੱਫਾ ਲਾਤਾ ਮਾਧੋਪੁਰੀਏ ਨੇ ਮੈਦਾਨ ਦੇ ਵਿੱਚ ਉਹਨੇ ਪੰਜ ਪੰਜ ਸੌ ਜਿਹਨੇ ਜੱਫੇ ਉਹਨੇ ਪੰਜ ਪੰਜ ਸੌ ਦੇ ਮਾਨ ਸਨਮਾਨ ਮਾਧੋਪੁਰੀਏ ਗੁਰਦੀਪ ਦੇ ਵਾਸਤੇ ਇਹਦੇ ਨਾਲ ਹੀ ਜਿੱਤਾਂ ਦੇ ਫੈਸਲੇ ਨੇ ਮਾਈਕ ਮੁਕਸ ਦੇ ਵਾਲੇ ਧੰਨਵਾਦ ਪੱਤਰਕਾਰ ਵੀਰ ਪ੍ਰਿੰਟ ਮੀਡੀਆ ਆ ਸਾਡੇ ਪੱਤਰਕਾਰ ਸੁਭਾਸ਼ ਸ਼ਰਮਾ ਜੀ ਜਗਬਾਣੀ ਤੋਂ ਆ ਬਿੰਦਰ ਸੁਮਨ ਜੀ ਆ ਮਨੀਤ ਬਾਬਾ ਜੀ ਚਰਨਜੀਤ ਸਿੰਘ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਇੱਕ ਗੱਡੀ ਪਿੱਛੇ ਹਵੇਲੀ ਦੇ ਸਾਹਮਣੇ ਲੱਗੀ ਹੈ 777-9 ਜੈਨ ਗੱਡੀ ਹੈ ਹਵੇਲੀ ਦੇ ਸਾਹਮਣੇ ਹੈ ਉਹ ਬਹੁਤ ਸਾਨੂੰ ਰੁਕਾਵਟ ਪਾ ਰਹੀ ਹੈ ਅਤੇ ਇੱਕ ਹੋਰ ਗੱਲ ਮੇਰੇ ਨੋਟਿਸ ਦੇ ਵਿੱਚ ਆਈ ਹੈ ਕਿ ਜਿਹੜੇ ਸਾਡੇ ਪਾਰਕਿੰਗ ਵਾਲੇ ਵੀਰ ਨੇ ਉਹ ਕੁਛ ਮੇਰੇ ਵੀਰਾਂ ਕੋਲੋਂ ਚਾਰਜ ਕਰ ਰਹੇ ਹਨ ਬਿਲਕੁਲ ਫ੍ਰੀ ਪਾਰਕਿੰਗ ਹੈ ਇਹ ਟੂਰਨਾਮੈਂਟ ਕਮੇਟੀ ਵੱਲੋਂ ਕੋਈ ਮੇਰਾ ਵੀਰ ਪੈਸਾ ਨਾ ਦੇਵੇ ਪਾਰਕਿੰਗ ਦਾ ਕੁਛ ਸਾਨੂੰ ਇੱਕ ਸੈਕਿੰਡ ਦੇ ਦਿਓ ਰਿਜ਼ਲਟ ਆਪਾਂ ਅਨਾਊਂਸ ਕਰ ਦਈਏ ਓਵਰ ਟੂ ਗਰਾਊਂਡ ਸਾਡੇ 30 ਨੰਬਰ ਰਹੇ ਨੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੇ ਤੇ 34 ਨੰਬਰ ਰਹੇ ਨੇ ਬੀਵੀਐਸ ਕਬੱਡੀ ਕਲੱਬ ਰੁੜਕਾ ਦੇ ਸਾਡੇ 30 ਦੇ ਮੁਕਾਬਲੇ 34 ਦੇ ਨਾਲ ਰੁੜਕਾ ਦੀ ਟੀਮ ਜੇਤੂ ਰਹੀ ਮਾਈਕ ਓਵਰ ਟੂ ਸਟੇਜ ਧੰਨਵਾਦ ਹਰਬੰਸ ਸਿੰਘ ਜੀ ਸੈਕਟਰੀ ਮਨਸੂਰਵਾਲ ਬੇਟ ਸਾਡੇ ਦਰਮਿਆਨ ਪਹੁੰਚੇ ਹਨ ਮਾਸਟਰ ਗੁਰਪ੍ਰੀਤ ਸਿੰਘ ਜੀ ਮਨਸੂਰਵਾਲ ਬੇਟ ਤੋਂ ਅਤੇ ਸਾਡੇ ਗੁਰਮੀਤ ਸਿੰਘ ਜੀ ਮਨਸੂਰਵਾਲ ਬੇਟ ਤੋਂ ਮੈਂ ਇਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਹਾਂ ਔਰ ਜੀ ਆਇਆਂ ਨੂੰ ਆਖਦਾ ਹਾਂ 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 ਜੀ ਕੰਦੋਲਿਆਂ ਤੋਂ ਕਹਿੰਦਾ ਭਾਅ ਜੀ ਸਾਡੇ ਦਰਮਿਆਨ ਪਹੁੰਚਿਆ ਬਿੱਲਾ ਭਾਅ ਜੀ ਬਹੁਤ ਸਾਰਾ ਸਵਾਗਤ ਧੰਨਵਾਦ ਬਹੁਤ ਵਧੀਆ ਖਿਡਾਰੀ ਆਪਣੇ ਸਮੇਂ ਦੇ ਰੁਸਤਮ
ਧਾਲੀਵਾਲ ਸਾਹਿਬ ਡਿਕੰਡੇ ਨੇ ਪਿੰਡੂ ਨੂੰ ਕਿੰਨੇ ਜੱਫੇ ਹੋਏ ਨੇ ਬਈ ਇੱਕੋ ਹੀ ਜੱਫਾ ਆ ਜਾ ਬਈ ਬੀਤਿਆ ਹਾਂਜੀ ਮਾਈਕ ਮੁਕਸੇ ਦੇ ਵਾਲੇ ਹੋਵੇਗਾ ਬਦਲਣਾ ਹੋਵੇ ਆਪਣੇ ਆਪ ਨੂੰ ਏਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਮੈਂ ਬੇਨਤੀ ਕਰਾਂਗਾ ਹੁਣ ਜੀ ਐਸ ਕਲੇਅਰ ਸਰਦਾਰ ਮੁਖਤਿਆਰ ਸਿੰਘ ਜੀ ਲਾਲੀ ਮੈਂ ਬੇਨਤੀ ਕਰਨੀ ਹੈ ਜੀ ਐਸ ਕਲੇਅਰ ਨੂੰ ਕਿ ਉਹ ਮੈਦਾਨ ਦੇ ਵਿੱਚ ਆ ਜਾਵੇ ਡਾਕਟਰ ਸੁਖਦਰਸ਼ਨ ਚਹਿਲ ਜੀ ਸਾਡੇ ਕੋਲ ਪੁੱਜੇ ਨੇ ਵੱਡੇ ਜਰਨਲਿਸਟ ਨੇ ਧੰਨਵਾਦ ਹੈ ਡਾਕਟਰ ਸੁਖਦਰਸ਼ਨ ਚਹਿਲ ਜੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਨੂੰ ਜੀ ਐਸ ਕਲੇਅਰ ਸਾਹਿਬ ਸਰਦਾਰ ਬਲਬੀਰ ਸਿੰਘ ਜੀ ਢਿੱਲੋਂ ਕੁਲਦੀਪ ਸ਼ਰਮਾ ਜੀ ਮੰਡੀ ਵਾਲੇ ਉਹ ਹੁਣ ਤੇ ਮੰਡੀ ਤੇ ਢਿੱਲੋਂ ਸਾਹਿਬ ਬਲਬੀਰ ਸਿੰਘ ਢਿੱਲੋਂ ਇੱਕ ਮਿਕ ਹੋ ਗਏ ਆ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਸਦੋ ਨਾਮ ਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ 26 ਤਰੀਕ ਮੰਡੀ ਦਾ ਖੇਡ ਮੇਲਾ ਜਿੱਥੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਾ ਭੇੜ ਵੇਖਣਾ ਹੈ ਤੇ ਆ ਜਾਓ ਸਾਰੇ ਆਪਣਾ ਦੇ ਲਾਗੇ ਮੰਡੀ ਏਦਾਂ ਹੀ ਸਟੇਡੀਅਮ ਬਣੇਗਾ ਲੰਗਰ ਗੁਰੂ ਦਾ ਅਟੁੱਟ ਵਰਤਾਇਆ ਜਾਵੇਗਾ ਚਾਹ ਦਾ ਲੰਗਰ ਕੂਪਨ ਦਿੱਤੇ ਜਾਣਗੇ ਅਤੇ ਬਹੁਤ ਵਧੀਆ ਇਨਾਮ ਸਨਮਾਨ ਦਿਲ ਖਿੱਚਵੇਂ ਦਿੱਤੇ ਜਾਣਗੇ ਮੈਂ ਪ੍ਰਧਾਨ ਸਾਹਿਬ ਸਤਿਕਾਰਯੋਗ ਬਲਬੀਰ ਸਿੰਘ ਜੀ ਢਿੱਲੋਂ ਸਾਹਿਬ ਦਾ ਅਤੇ ਕੁਲਦੀਪ ਸ਼ਰਮਾ ਜੀ ਸਾਡੇ ਖਜ਼ਾਨਾ ਮੰਤਰੀ ਦਾ ਇੱਥੇ ਪਹੁੰਚਣ 'ਤੇ ਸਵਾਗਤ ਕਰਦਾ ਹਾਂ ਰਣਜੀਤ ਸਿੰਘ ਟੰਡਾ ਯੂਕੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਵੱਲੋਂ ਔਰ ਮਾਣ ਹੈ ਸਾਨੂੰ ਇਹਨਾਂ ਵੀਰਾਂ ਦਾ ਢਿੱਲੋਂ ਸਾਹਿਬ ਉੱਪਰ ਹੀ ਚੱਲੋ ਚੱਠਾ ਸਾਹਿਬ ਬੈਠੇ ਨੇ ਇੱਕ ਮੈਂ ਗੱਲ ਕਰਨੀ ਹੈ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਚੱਕ ਸਾਹਿਬੂ 28-29 ਤਰੀਕਾਂ ਹੋਣਗੀਆਂ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਮੈਂ ਮਹਿੰਦਰ ਮੌੜ ਅਤੇ ਸੁਰਜਨ ਸਿੰਘ ਜੀ ਚੱਠਾ ਸਾਹਿਬ ਨੂੰ ਜ਼ਰੂਰ ਤਕਲੀਫ ਲੈਣੀ ਹੈ ਇੱਕ ਮਿੰਟ ਵਾਸਤੇ ਗਰਾਊਂਡ ਦੇ ਵਿੱਚ ਆਉਣਾ ਪੈਣਾ ਮਹਿੰਦਰ ਮੌੜ ਦੇ ਨਾਲ ਨਹੀਂ ਇਹ ਮੇਰੀ ਮੰਨਣੀ ਪੈਣੀ ਅੱਜ ਤੁਹਾਨੂੰ ਜੀਤਾ ਮੌੜ ਜੀ ਹਾਂਜੀ ਮਹਿੰਦਰ ਮੌੜ ਕਬੱਡੀ ਦਾ ਉਹ ਬੇਤਾਜ ਬਾਦਸ਼ਾਹ ਜੀਤਾ ਮੌੜ ਕਾਲਾ ਸੰਘਿਆਂ ਦਾ ਲਾਲੀ ਢੇਸੀ ਲਾਲੀ ਜੀ ਲਾਲੀ ਢੇਸੀ ਜੀ ਆਇਓ ਜਰਾ ਇੱਕ ਮਿੰਟ ਕਿਉਂਕਿ ਮੈਂ ਸਤਿਕਾਰਯੋਗ ਮਹਿੰਦਰ ਮੌੜ ਦਾ ਇੰਨਾ ਪਿਆਰ ਸਤਿਕਾਰ ਮਾਣ ਕਰਦਾ ਸੁਰਜਨ ਸਿੰਘ ਜੀ ਚੱਠਾ ਸਾਹਿਬ ਦਾ ਇੰਨਾ ਮਾਣ ਪਿਆਰ ਸਤਿਕਾਰ ਕਰਦਾ ਕਿ ਮੇਰੇ ਕੋਲ ਲਫ਼ਜ਼ ਨਹੀਂ ਜਿਹਨਾਂ ਲਫ਼ਜ਼ਾਂ ਦੇ ਨਾਲ ਮੈਂ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ ਪਰ ਮੈਂ ਸਾਰੀ ਸੰਗਤ ਨੂੰ ਇਹਨਾਂ ਨੂੰ ਰੂਬਰੂ ਕਰਾਉਣਾ ਜ਼ਰੂਰ ਸਮਝਦਾ ਕਿਉਂਕਿ ਸਾਰੀ ਉਮਰ ਕਬੱਡੀ ਲਈ ਜਿਸ ਇਨਸਾਨ ਨੇ ਲਾ ਦਿੱਤੀ ਉਸ ਇਨਸਾਨ ਦਾ ਨਾਂ ਹੈ ਮਹਿੰਦਰ ਮੌੜ ਕਾਲਾ ਸੰਘਿਆਂ ਦਾ ਰਣਜੀਤ ਸਿੰਘ ਟੰਡਾ ਸਾਹਿਬ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਿ ਟੰਡਾ ਸਾਹਿਬ ਨੂੰ ਵੁਲਵਰਹੈਂਪਟਨ ਕਬੱਡੀ ਕਲੱਬ ਦਾ ਪ੍ਰਧਾਨ ਬਣਾਉਣ ਦੇ ਵਿੱਚ ਮਹਿੰਦਰ ਮੌੜ ਨੇ ਬਹੁਤ ਵੱਡਾ ਯੋਗਦਾਨ ਪਾਇਆ ਯੂਕੇ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਬਣਿਆ ਸਾਡਾ ਸਤਿਕਾਰਯੋਗ ਰਣਜੀਤ ਸਿੰਘ ਟੰਡਾ ਤੇ ਮਹਿੰਦਰ ਮੌੜ ਦਾ ਬਹੁਤ ਵੱਡਾ ਸਤਿਕਾਰ ਸਾਡੇ ਸੁਰਜਨ ਸਿੰਘ ਚੱਠੇ ਦਾ ਬਹੁਤ ਵੱਡਾ ਸਤਿਕਾਰ ਜਿਨ੍ਹਾਂ ਨੇ ਸਾਡੇ ਰਣਜੀਤ ਸਿੰਘ ਟੰਡੇ ਨੂੰ ਯੂਕੇ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਆਓ ਜੀ ਮਨਜੀਤ ਜੀ ਤੁਸੀਂ ਮੈਦਾਨ ਦੇ ਵਿੱਚ ਜੀਤਾ ਮੌੜ ਦੁਨੀਆ ਦਾ ਮਸ਼ਹੂਰ ਜਾਫੀ ਅੱਜ ਦੀਆਂ ਗੱਲਾਂ ਹੋਈਆਂ ਨੇ ਘਰ ਘਰ ਜਵਾਨੋ ਅੱਜ ਲਾਲੀ ਢੇਸੀ ਦੀਆਂ ਗੱਲਾਂ ਔਰ ਸਰਦਾਰਾ ਸਿੰਘ ਦੀ ਇਹ ਹੈ ਦਰਵੇਸ਼ ਅੱਜ ਦਾ ਨਾਂ ਹੈ ਮਹਿੰਦਰ ਮੌੜ ਕਾਲਾ ਸੰਘਿਆਂ ਦਾ ਇੱਕ ਵਾਰ ਸਾਰੀ ਸੰਗਤ ਨੂੰ ਬੇਨਤੀ ਹੈ ਮਹਿੰਦਰ ਮੌੜ ਵਾਸਤੇ ਸੁਰਜਨ ਸਿੰਘ ਜੀ ਚੱਠਾ ਪ੍ਰਧਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵਾਸਤੇ ਜ਼ੋਰਦਾਰ ਤਾੜੀਆਂ ਬਾਪੂ ਵਾਸਤੇ ਤਾੜੀਆਂ ਘੋੜੇ ਦੇ ਚੜਾਇਆ ਸ਼ੇਰੇ ਪੰਜਾਬ ਔਰ ਪੰਜਾਬ ਦੀ ਮਾਂ ਖੇਡ ਕਬੱਡੀ ਦਾ ਬਾਬਾ ਬੋਰਡ ਦਾ ਖਿਤਾਬ ਦਿੱਤਾ ਹੈ ਮਹਿੰਦਰ ਮੌੜ ਨੂੰ ਦਾ ਸੁਰਜਨ ਸਿੰਘ ਜੀ ਚੱਠਾ ਸਾਹਿਬ ਨੇ ਰਣਜੀਤ ਮਾਣ ਹੈ ਸਾਨੂੰ ਰਣਜੀਤ ਟੰਡਾ ਪ੍ਰਧਾਨ ਜੀ ਲਾਲੀ ਢੇਸੀ ਜੀ ਇਹ ਸਾਰੇ ਹੀ ਅੰਕਲ ਕਹਿ ਕੇ ਪਿਆਰ ਦੇ ਨਾਲ ਗੋਡੀ ਹੱਥ ਲਾ ਕੇ ਗਰਾਊਂਡ ਦੇ ਵਿੱਚ ਵੜਦੇ ਰਹੇ ਅੱਜ ਵੀ ਮਾਣ ਮਿਲਦਾ ਸਤਿਕਾਰ ਮਿਲਦਾ ਮੈਂ ਇੱਕ ਵਾਰ ਫਿਰ ਯੂਕੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਦੇ ਨਗਰ ਅਵਤਾਰ ਜੀ ਵੱਲੋਂ ਹਿੰਮਤ ਵੱਲੋਂ ਔਰ ਸਾਡੇ ਬਿੱਲਾ ਜੀ ਵੱਲੋਂ ਮਨਜੀਤ ਜੀ ਵੱਲੋਂ ਬਹੁਤ ਪਿਆਰ ਸਰਦਾਰਾ ਸਿੰਘ ਜੀ ਧਾਲੀਵਾਲ ਸਾਹਿਬ ਬਹੁਤ ਸਾਰਾ ਧੰਨਵਾਦ ਸੁਰਜਨ ਸਿੰਘ ਜੀ ਚੱਠੇ ਦਾ ਔਰ ਮਾਣ ਸਾਡੇ ਸਤਿਕਾਰਯੋਗ ਮਹਿੰਦਰ ਮੌੜ ਕਾਲਾ ਸੰਘਿਆਂ ਦਾ ਔਰ ਜੀਤੇ ਮੌੜ ਦਾ ਮਾਣ ਪਿਆਰ ਸਤਿਕਾਰ ਹੈ ਲਾਲੀ ਢੇਸੀ ਦਾ ਮਾਣ ਹੈ ਮਨਜੀਤ ਸਿੰਘ ਟੰਡੇ ਦਾ ਮਾਣ ਰਣਜੀਤ ਸਿੰਘ ਟੰਡੇ ਦਾ ਮਾਣ ਔਰ ਚੰਨਾ ਆਲਮਗੀਰ ਬਹੁਤ ਵੱਡਾ ਪਿਆਰ ਬਹੁਤ ਵੱਡਾ ਸਤਿਕਾਰ
ਹਲੀ 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 ਸੁਣ ਚੈੱਕ ਹੈਲੋ ਕਿ ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਮੰਗਣ ਛਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ ਅਜੇ ਸਰਦਾਰ ਨਾਜਰ ਸਿੰਘ ਢੰਡਾ ਸਾਹਿਬ ਦੇ ਨਗਰ ਵਿੱਚ ਰੌਣਕਾਂ ਲੱਗੀ ਹੈ ਰਣਜੀਤ ਸਿੰਘ ਜੀ ਢੰਡਾ ਸਾਹਿਬ ਸਾਡੇ ਯੂਕੇ ਫੈਡਰੇਸ਼ਨ ਦੇ ਪ੍ਰਧਾਨ ਔਰ ਦਰਸ਼ਕ ਵੀਰ ਜ਼ੋਰਦਾਰ ਤਾੜੀਆਂ ਮਾਰ ਦੋ ਮੈਚ ਵਧੀਆ ਲੱਗਦੇ ਆ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਖੇਡ ਰਹੀਆਂ ਆਓ ਖੇਡ ਮੈਦਾਨ ਚ ਔਰ ਲੱਕੀ ਕੁਰਾਲੀ ਦੀ ਧਰਤੀ ਦਾ ਹੈ ਕਦੋਂ ਆਖਦੇ ਹੈ ਲੱਕੀ ਕਦੋਂ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਚ ਉੱਡੂ ਉੱਡੂ ਕਰਦੀ ਹੈ ਜਵਾਨੀ ਇੱਕ ਪਾਸੇ ਦਰਬਾ ਕਬੱਡੀ ਔਰ ਕਲੱਬ ਦੇ ਨੌਜਵਾਨ ਨੇ ਔਰ ਪੁਆਇੰਟ ਲੱਕੀ ਕਦੋਂ ਦੇ ਖਾਤੇ ਹੈ ਭਾ ਸ਼ੇਰ ਕਬੱਡੀ ਕਿ ਸੈਰ ਸੁਬੀਲੇ ਗੱਭਰੂ ਅੜਜੂ ਅੜਜੂ ਕਰਦੇ ਹੈ ਮਿਰਗਾਂ ਜੇ ਸਰੀਰ ਹੌਸਲੇ ਸ਼ੇਰਾਂ ਵਰਗੇ ਆ ਔਰ ਤੀਸ ਖਟਖਟ ਦੀ ਪਾਈ ਹੋਈ ਕਬੱਡੀ ਹੈ ਕਿ ਮਿਰਗਾਂ ਜੇ ਸਰੀਰ ਹੌਸਲੇ ਸ਼ੇਰਾਂ ਵਰਗੇ ਆ ਵਾਹ ਜੋ ਰਾਮਗੜੀ ਦਾ ਲੱਗਾ ਹੋਇਆ ਜਫਾ ਵਾਹ ਸ਼ੇਰਾ ਨਹੀਂ ਰੀਸਾ ਤੇਰੀਆ ਪੁਆਇੰਟ ਸਤੀਸ ਦੇ ਖਾਤੇ ਹੈ ਵਾਹ ਮੁਕੰਦਪੁਰ ਦੀ ਧਰਤੀ ਦਾ ਅਮਨਾ ਕਬੱਡੀ ਪਹੁੰਚ ਚੱਲਿਆ ਚਾਰ ਜਾਫੀ ਹਰਿਆਣੇ ਦੀ ਧਰਤੀ ਦੀ ਹੈ ਔਰ ਦਰਬਾ ਕਬੱਡੀ ਕਲੱਬ ਦੇ ਇਹ ਨੌਜਵਾਨ ਨੇ ਜਿੱਥੇ ਸਾਡੇ ਗੁਰਮੇਲ ਸਿੰਘ ਜੀ ਦਰਬਾ ਸਾਹਿਬ ਕਰਨ ਘਮਾਨ ਜੀ ਹੈ ਔਰ ਪਾਈ ਹੋਈ ਨੌਜਵਾਨ ਦੀ ਕਬੱਡੀ ਅਮਨ ਮੁਕੰਦਪੁਰੀ ਹੈ ਹਲਕਾ ਜਿਹਾ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਪਾਸੇ ਗੁਰਮੇਲ ਮੇਲੋ ਹੈ ਪੂਨੀਆ ਰੇੜਮਾਂ ਦੀ ਧਰਤੀ ਦਾ ਦੂਜੇ ਪਾਸੇ ਲਾਲੀ ਅਡੈਜਾਂ ਦੀ ਧਰਤੀ ਦੇ ਫੈਸਲੇ ਕਰ ਰਹੇ ਹੈ ਤੇ ਪੁਆਇੰਟ ਬਹੁਤ ਵਧੀਆ ਜਫਾ ਲੱਗ ਗਿਆ ਕਿ ਕੁੰਡੀਆਂ ਦੇ ਸਿੰਘ ਫਸ ਗਏ ਨਿੱਤਰ ਵੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਪੂਨੀ ਨੇ ਜਫਾ ਲਾਇਆ ਵਾਹ ਸ਼ੇਰਾ ਨਹੀਂ ਰਿਸਾਂ ਤੇਰੀ ਹੈ ਬਿੰਦੂ ਵਿਸਲ ਮਾਰ ਰਿਹਾ ਟਾਈਮ ਕੀਪਰ ਹੈ ਔਰ ਖੇਡ ਮੈਦਾਨ ਚ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਜਿਸ ਹਰਿਆਣੇ ਦੀ ਧਰਤੀ ਤੇ ਔਰ ਵੱਡੇ ਵੱਡੇ ਪਹਿਲਵਾਨ ਪੈਦਾ ਹੋਏ ਲਾਲ ਦੀ ਪਾਈ ਹੋਈ ਕਬੱਡੀ ਹੈ ਵਾਹ ਸ਼ੇਰਾ ਔਰ ਪਾਣੀਪਤ ਦੇ ਇਲਾਕੇ ਦਾ ਦਿੱਲੀ ਨੂੰ ਜਾਂਦੇ ਪਾਣੀਪਤ ਇਲਾਕਾ ਆਉਂਦਾ ਹੈ ਪਰ ਪੁਆਇੰਟ ਇਸੇ ਨੌਜਵਾਨ ਚੋਬਰ ਦੇ ਖਾਤੇ ਹੈ ਆ ਸ਼ੇਰਾ ਫਿਰ ਸਿੱਖ ਸਰਦਾਰ ਦੀ ਪਾਈ ਹੋਈ ਕਬੱਡੀ ਹੈ ਔਰ ਪੰਜਾਬ ਦੀ ਧਰਤੀ ਤੇ ਔਰ ਜਿੱਥੇ ਸਿੱਖਾਂ ਦੀ ਬੜੀ ਗੱਲ ਚੱਲੀ ਹੈ ਕਿ ਸਿੱਖ ਸਰਦਾਰਾਂ ਦੀ ਗੱਲ ਹੁੰਦੀ ਹੈ ਆਓ ਉਸ ਸਿੱਖ ਸਰਦਾਰਾਂ ਵਿੱਚੋਂ ਇੱਕ ਨੌਜਵਾਨ ਰਾਜੂ ਔਰ ਨੌਜਵਾਨ ਪਾਉਂਦਾ ਹੈ ਕਬੱਡੀ ਮਾਲਵਾ ਕਬੱਡੀ ਕਲੱਬ ਸਮਰਾਲੇ ਦਾ ਨੌਜਵਾਨ ਹੈ ਔਰ ਬਹੁਤ ਵਧੀਆ ਵਾਹ ਸ਼ੇਰਾਨੀ ਰਿਸਾਂ ਦੇ ਰਹੀਆਂ ਔਰ ਜਫਾ ਸੋਨੂ ਜਾਂਡਲੀ ਦਾ ਜਫਾ ਮੁੰਡੀਆਂ ਦੇ ਸਿੰਘ ਫਸ ਗਏ ਸਾਡਾ ਸਨੀ ਥਿਆੜਾ ਪਹੁੰਚਿਆ ਸਰਦਾਰ ਨਛੱਤਰ ਸਿੰਘ ਥਿਆੜਾ ਸਾਹਿਬ ਦਾ ਸਪੁੱਤਰ ਹੈ ਜਿਹੜਾ ਥੋੜੇ ਦਿਨੀ ਪਹਿਲਾਂ ਵਿਆਹ ਹੋਇਆ ਮੁਬਾਰਕਾਂ ਬਾਈ ਤੇਰੀਆਂ ਵਿਆਹ ਦੀਆਂ ਖੇਡ ਮੈਦਾਨ ਚ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਔਰ ਉੱਡ ਉੱਡ ਕਰਦੀ ਹੈ ਜਵਾਨੀ ਔਰ ਅੱਜ ਖੇਡ ਮੈਦਾਨ ਚ ਵੱਡੇ ਵੱਡੇ ਪ੍ਰਮੋਟਰ ਪਹੁੰਚੇ ਹੈ ਯੂਕੇ ਤੋਂ ਪਹੁੰਚੇ ਹੈ ਕੈਨੇਡਾ ਤੋਂ ਪਹੁੰਚੇ ਹੈ ਅਮਰੀਕਾ ਤੋਂ ਪਹੁੰਚੇ ਹੈ ਆਓ ਖੇਡ ਮੈਦਾਨ ਚ ਇਟਲੀ ਤੋਂ ਪਹੁੰਚੇ ਹੈ ਬਹੁਤ ਵਧੀਆ ਵਾਹ ਸ਼ੇਰਾਨੀ ਰਿਸਾਂ ਤੇਰੀਆਂ ਤੇ ਪੁਆਇੰਟ ਰੇਡਰ ਦੇ ਖਾਤੇ ਫੇਰ ਲੱਕੀ ਕਦੋਂ ਦੀ ਪਾਈ ਹੋਈ ਕਬੱਡੀ ਦੀ ਗੱਲ ਹੋਣ ਜਾ ਰਹੀ ਹੈ ਲੱਖਾਂ ਦੀ ਅੱਜ ਕਬੱਡੀ ਹੈ ਐਮਨੀ ਟੈਲ ਸਿੰਘ ਟੈਲੇ ਨੇ ਲਿਖਿਆ ਕਿ ਕੱਖਾਂ ਤੋਂ ਗਈ ਲੱਖਾਂ ਤੇ ਲੱਖਾਂ ਤੋਂ ਗਈ ਕਰੋੜਾਂ ਤੇ ਮੁੰਡੇ ਲੱਗ ਪਏ ਖੇਡਣ ਕਬੱਡੀ ਜਿਹੜੇ ਖੜੇ ਰਹਿੰਦੇ ਸੀ ਮੋੜਾਂ ਤੇ ਚਲੋ ਟੈਲਿਆ ਤੂੰ ਰੱਬ ਦਾ ਨਾਮ ਤੇ ਆ ਲਾ ਓਏ ਲੱਖ ਲੱਖ ਦਾ ਹੋ ਗਿਆ ਜਫਾ ਅੱਜ ਤੂੰ ਵੀ ਜਫਾ ਲਾ ਲਾ ਟੀਟਾ ਧਨੋਰੀ ਦੀ ਧਰਤੀ ਦਾ ਹੈ ਨੌਜਵਾਨ ਦੀ ਕਬੱਡੀ ਪੈ ਚੁੱਕੀ ਹੈ ਮੇਰੇ ਉਸਤਾਦ ਜੀ ਜਨਾਬ ਅਰਵਿੰਦਰ ਕੋਸ਼ਿਸ਼ ਜੀ ਜਿਨ੍ਹਾਂ ਨੇ ਇਸ ਖੇਡ ਮੈਦਾਨ ਚ ਬੜਾ ਮਾਣ ਦਿੱਤਾ ਹੈ ਔਰ ਹਰ ਮੈਦਾਨ ਚ ਬੜਾ ਮਾਣ ਦਿੰਦੇ ਆ ਔਰ ਖੇਡ ਮੈਦਾਨ ਚ ਨੌਜਵਾਨ ਦੀ ਪਾਈ ਹੋਈ ਕਬੱਡੀ ਧਨੋਰੀ ਦੀ ਧਰਤੀ ਦਾ ਟੀਟਾ ਪੁਆਇੰਟ ਟੀਟੇ ਦੇ ਖਾਤੇ ਆ ਵਾਹ ਸ਼ੇਰਾ ਕਬੱਡੀ 365.com ਪੂਰੀ ਦੁਨੀਆ ਦੇ ਲਾਈਵ ਵਿਖਾਇਆ ਜਾ ਰਿਹਾ ਹੈ ਜਿੱਥੇ ਢੰਡਿਆਂ ਦੀ ਧਰਤੀ ਹੈ ਜ਼ਿਲ੍ਹਾ ਜਲੰਧਰ ਦਾ ਮਸ਼ਹੂਰ ਨਗਰ ਰਣਜੀਤ ਸਿੰਘ ਢੰਡੇ ਦਾ ਪਿੰਡ ਹੈ ਅਵਤਾਰ ਸਿੰਘ ਢੰਡਾ ਜੀ ਸਰਦਾਰ ਨਾਜਰ ਸਿੰਘ ਔਰ ਢੰਡਾ ਸਾਹਿਬ ਦਾ ਨਗਰ ਵਾਹ ਬਹੁਤ ਵਧੀਆ ਜਫਾ ਕੁੰਡੀਆਂ ਦੇ ਸਿੰਘ ਫਸ ਗਏ ਬਹੁਤ ਵਧੀਆ ਜਫਾ ਸ਼ਿੰਦਰ ਪੁਆਇੰਟ ਸ਼ਿੰਦਰ ਦੇ ਖਾਤੇ ਆ ਸ਼ੇਰਾ ਪਾ ਕਬੱਡੀ ਉੱਚਾ ਲੰਬਾ ਗੱਭਰੂ ਉੱਚੀ ਲੰਬੀ ਹੇਕ ਸਾਂਭੀ ਮਾਏ ਪੂਣੀ ਆ ਮੈਨੂੰ ਮੁੰਡਾ ਲੈਂਦੇ ਵੇਖ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਖਟਖਟ ਦੀ ਧਰਤੀ ਦਾ ਹੈ
सरदार हरमाज सिंह जी को साहब हल्लाशेरी दे रहे हैं और पॉइंट 30 खटखट दिखाते। फिर राजू की पाई हुई कबड्डी है, वाह शेर सरदार सुरजन सिंह चटाल साहब बड़ा मान दे रहे हैं, जीता मौड़ जी पहुंचे हैं। सरदार महेंद्र सिंह जी मौड़ साहब सबका फेडरेशन यूके साढ़े विचकार पहुंचे, असं बहुत बहुत मान और खेड मैदान च बहुत वधिया कबड्डी कबड्डी जफा जफा कुंडियां दे सिंह राम मेहर दा जफा राम मेहर दा जफा बहुत वधिया ताड़ियां। जेकर मैच वधिया लगता है तो जोरदार ललकारा मार दो पता लगे कि अज टंडियां दी धरती ते मैच हो रहे रणजीत सिंह टंडी दे नगर विच कबड्डी कबड्डी दे मैदान च नौजवान दी पाई हुई कबड्डी। परमजीत सिंह जी बागड़िया साहब बल्ले बल्ले महकजीन हर रेट की गल कर रहे हैं हर जफे की गल कर रहे हैं पर लाली अड़ैचा वाला फैसला कर रहे हैं कि पॉइंट मित्रों जाफी दे खाते है लक्की कद्दो की कबड्डी है लक्की कद्दो की पाई हुई कबड्डी है। पूनिया रेडमा वाला मेलो ने भी बड़ी तकड़ी कबड्डी खेडी है और खेल मैदान च अपने फैसले कर रहे हैं टाइम कीपर साढ़े बिंदु है और खेल मैदान च फेरे लक्की कद्दो की पाई हुई कबड्डी है लकी लकी सारा टब्बर नू हाथ ला गया टब्बर नू पा कबड्डी पा शेरा कबड्डी पहलवाना वर्गा शरीर नरेश वाह नीरी सा तेरी है हरियाणे की धरती का है नौजवान नरेश कबड्डी पा रहे है उधर चार वीर थापिया मार रहे हैं कि खड़े थापिया मार जी लखा जवारा लाली लोकी गल्ला करन खड़े मुड़दे भीमा मंदिर नहीं खाली ओ वेली भज तुरिया जीते मौड़ ना पंगा पाके सिंह फस गए कुंडियां दे मित्रों बह जो गुडियां लाके सुखी झाड़ साहब की धरती का है नौजवान की पाई हुई कबड्डी है और नौजवान ने थोड़ा जा कछे नू चके है झुके है और दूजे पासे भी मुंडा बहुत वधिया जफा लाउण दी कोशिश कर रहा है सोनू जांडली का जफा है वाह शेरा पॉइंट किस खाते जुड़ता है यह साडे मेलो फैसला कर रहे ते पॉइंट सोनू जांडली दे खाते है। वाटर ब्रेक का टाइम है ओवर टू मैक जनाब अरविंद कोशिश जी धन्यवाद साडे दरम्यान श्रोमणी अकाली दल बादल दे पिछले 20 साल तो प्रधान मेरे बहुत ही सत्कारयोग सरदार बलिहार सिंह जी रामेवाल साहब विशेष तौर पर रणजीत सिंह जी टंडा प्रधान यूके कबड्डी फेडरेशन के सदे से इंग्लैंड तो साढ़े दरम्यान पहुंचे हैं मैं उन्होंने बहुत सारे प्यार सत्कार के नाल जी आइयां नूं आखदा हाँ। इस दे नाल ही दर्शक वीरो तुहाडे वास्ते एक जरूरी सूचना है बहुत ही वाजिब रेटां दे विच साडे कबड्डी के महान स्टार जीते मोड़ ने दीपनगर जलंधर जलंधर कैंट के बिल्कुल नाल दीपनगर विखे जी जी बी रॉयल टावर जिहड़ा है जिहदे विच 900 फ्लैट हैं जिन्हां विच 4 बैडरूम 3 बैडरूम और 2 बैडरूम बहुत ही घट वाजिब रेटा के उपर यह सुविधा हासिल की है कि साडे पंजाबी जिहड़े हैं वह अपने घर विच रह सकन। मैं बड़ा धन्नवादी हाँ बेगमपुरा रैली जिद 650 प्लाट हैं वह भी बड़े वाजिब रेटा के उपर आ बार स्टाल लगा है जिस मेरे वीर ने बधेरे जानकारी लैनी हो स्टाल के उपर जाके पूरी जानकारी लै सकता है पंफलेट लै सकता है किताबचा लै सकता है और सारी इनफॉर्मेशन लै सकता है। एक बार फिर मैं जीते मोड़ का बहुत धन्यवादी हाँ जिन्होंने अपरचुनिटी दी है दीपनगर जलंधर बेगमपुरा रैली जी जी बी रॉयल टावर धन्यवाद साडे मैनेजिंग डायरेक्टर जीता मौड़ दा माइक ओवर टू ग्राउंड। वाह राम दा जफा ताड़ियां मार दो धर्म नाल स्वाद आ गया मेरे उस्ताद जी जनाब रविंदर कोशर जी आखदे है ते जदों जफा वधिया लग जाए तो स्वाद आ जांदा है ते किन्ना ककराले की धरती का भी खेल मैदान च आया इंग्लैंड की धरती दे वधिया जफे लाए आ स्लो क्लब वालों खेडे है जट वर्गे बबर शेर बहुत वधिया वाह शेरानी रिसा तेरी पॉइंट रेडर के खाते जुड़ता होया साडे सुमन पत्रकार साहब रणजीत ढंडे के बड़े क्लोज फ्रेंड है आओ खेड मैदान च फेरे राजू की पाई हुई कबड्डी है सुमन सिया इधर कबड्डी है और पत्रकारी विच कलम चलती है साडे डॉक्टर चाल जी पहुंचे है असं उन्हों का बहुत बहुत धन्यवाद आखते खेड मैदान च बहुत वधिया जफा और गुट फड़िया कैंची मारी है पर नहीं हट पिछे मित्रां दी मौशदा सवाल
साडे नॉर्थ इंडिया कबड्डी फेडरेशन दे एक्टिव प्रधान और बलबीर बिट्टू जसपाल बांगरा वाले बड़ा मान भेजे है औखे मैदान फेरे नौजवान की पाई हुई कबड्डी है और कहना ककराले की धरती का जो जफा लाता फिर फतेह बुला है औखे मैदान च बहुत वधिया वाह रीसा तेरिया पॉइंट रेडर दिखाते हैं और कदों की धरती का लक्की माण है सानू बलहाज सिंह जी जुके और सुरजीत सिंह जी जुके प्यारा सिंह जी गमटाला जुके और मोली ढंडा जी जुके वाले पिंदू ढंडा जी जुके और साढ़े इंद्रजीत सिंह जी जुके गुरप्रीत सिंह जी जुके मनिंदर मनिंदर सिंह जी जुके अंबी ढंडा जुके जो कि लाइव कबड्डी 365.com दे और अपने अपने नैट पर बैठे है तो ना ढंडा साहब न कोसल साहब मुबारक भी दे रहे हैं कि खेड मैदान में दर्शक वीर बड़े हजारों की गिनती पुजे है तो ढंडा साहब मुबारक इलाके मुबारक है औखे मैदान च नगर निवासियों फिर आखो नौजवान है ककराले की धरती का है ये नौजवान ने जो जफा लाया फिर फतेह बुलानी है आखना है कि वाहेगुरु जी का खालसा तो वाहेगुरु जी फतेह ताड़िया मार दो नौजवानों जे मैच वधिया लगता ढंडिया मारो ललकारा मारो फिर पता लगे कि कनेडा की धरती दे इंग्लैंड की धरती दे अज ढंडिया के मैदान में कबड्डी पैंदी है जफे लगते हैं पर फैसला मिलो पूनिया रेडमा वाले पॉइंट रेडर के खाते है भा शेरा कबड्डी डौलिया के बाज बनाए हैं पट्टा से मोरनिया बनाइया पट उ मोर बुकता अज इस खेल मैदान च गल होनी है अज खेल मैदान च रणजीत सिंह ढंडे के नगर में रौनक लगिया ने भी क्या रणजीत सिंह ढंडा साहब ने भी बड़ा मान दिता खेड कबड्डी जिथे सरदार महेंद्र सिंह जी मौड़ साहब पंजाब यूनाइटेड टलफोर्ड दी गल हुई है प्यारा सिंह जी बंटाला साहब बहुत बड़ा मान और सोडी पांजा जी बहादुर सिंह जी शेरगिल साहब और मान है सानू साढ़े दरबारा सिंह जी धालीवाल साहब पहुंचा खेड मैदान च बहुत वधिया जफा बहुत वधिया गह गच का मुकाबला शिंदर 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 का जफा मेलो पूनिया रेडमा वाले का फैसला है कि पॉइंट शिंदर दे खाते है नौजवान का कद वेखो और जिवें बी एस एफ भर्ती होया हो जिवें साढ़े आर्मी में भर्ती होया हो जिवें साढ़े पंजाब पुलिस में भर्ती होया हो नौजवान की पाई हुई कबड्डी है उच्चा लंबा गभरू है और खटकल की धरती का सतीस कबड्डी पा रहा है मुंडा हथा चो जट निकलता जा रहा पर नहीं पॉइंट सतीस दे खाते कोई गल नहीं आ गया इस सिख सरदार और जिस पंजाब की धरती से हरि सिंह नलवे वर्गे और सिख कौम के जरनैल हुए है बाबा बंदा सिंह बहादुर सिख कौम के जरनैल हुए है और आओ सिख सरदार की पाई हुई कबड्डी है और खेड मैदान च उडू उडू कर दी है जवानी सिंगा दे हथ बड़े भारी है यह मरनो मूल नहीं डरते यह तो मौत दे व्यापारी है सिंगा दे हथ बड़े भारी है फैसला मेलो का फैसला राजू सरदार का कबड्डी का सरदार राजू पा कबड्डी शेरा नौजवान की पाई हुई कबड्डी परमजीत सिंह जी बाडिया साहब और बड़ा मान दिता रणजीत सिंह ढंडे ने और लाल जिथे गुरलाल कनौर की गल हुई है जिथे गुरलाल लोहिया वाले सिद्धड़ा वाले की गल हुई है ये लाल है और पॉइंट इस लाल के खाते है लक्की कदों की धरती का है और खेल मैदान च बड़ी तेज कबड्डी है 440 वाट का करंट है क्यों मिलो पॉइंट लक्की कदों के खाते है भाव शेरा कबड्डी नौजवान की पाई हुई कबड्डी नरेश ने सज्जे पट दे थापी मारी है अवतार सिंह ढंडे ने भी लागे होके तके है कि नरेश की कबड्डी हरियाणे की धरती का नरेश है और लाली अडैजा की धरती का फैसला करूंगा कि पॉइंट नरेश के खाते है आशेरा नौजवाना पावी कबड्डी बब्बर शेर है और उडू उडू कर दी है जवानी और सैर सबीले गभरू अड़जू अड़जू करते हैं मिर्गां जे शरीर हौसले शेरां वर्गे है कल पंजाबी खेडां दी सरदार कबड्डी नूं इक पासे सुखी है और कुंडियां दे सिंह फसे है कि नितरू बड़े में खाणी कुंडियां दे सिंह फस के पॉइंट सुखी दे खाते है वाह शेरा बाबे नानक की कृपा है और खुला खाने हैं ते गुरु घर जाने हैं
बाबे नानक ने सुख रखी है, बाबे नानक की सुख है। आओ खेड मैदान च फिर नौजवान की पाई हुई कबड्डी है टीटा है, आओ टीटे की पाई हुई कबड्डी खेड मैदान चप्पा 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 वाह मालू मकंदपुरिया रीसां तेरी है जोरदार तारिया मार दो नौजवान। अगला मैच दिया टीम कुशल साहब अगले मैच दिया टीम लॉन्च करो। रॉयल किंग यूएसए वस बाबा सुखचैन दास कबड्डी क्लब शाहकोट लॉबी बहुत बड़ा मैच होने जा रहा है। रॉयल किंग यूएसए बाबा सुखचैन दास स्पोर्ट्स क्लब शाहकोट की टीम के विचकार फसवी टक्कर होगी। वेखो किकली किले पै गई है कि छड मेरी छड मेरी छड मेरी छड मेरी छड मेरी बा मित्रा छड मेरी बा मित्रा मेरी भाभी मार दी वाजा छड मेरी बा मित्रा कोई गल नहीं। नॉर्थ इंडिया कबड्डी फेडरेशन दी टीम खेड रही है जिथे साढ़े डीडी वन तो प्रवीण शर्मा जी पहुंचे है कवरिंग कर रहे हैं और कबड्डी 365.com का कैमरा घूम रहा है। लाली अड़ैजा की धरती का अज फैसले कर रहे हैं। लाली तेरिया पूरी दुनिया से चर्चा हो रही है, मालिक की बड़ी कृपा है और एक पासे मेलो पूनिया रेडमा की धरती का है। बहुत वधिया मैच है, रब वर्गे स्रोते पहुंचे है, कोई जलंधर तो पहुंचे कोई लुधियाने तो है। लॉबी मालवा क्लब समराले के पॉइंट है 14.5 दड़बे क्लब के पॉइंट है जी 21 और मैच वधिया लगता तो ललकारा मार के दस्यो ये टंडिया वाले ललकारा नहीं मारते जोर का पता लगे कि मैच टंडिया की धरती से हो रहे हैं। बहुत वधिया मैच हाफ टाइम 14:14 का अंकड़े है और साडे एक्टिंग प्रधान बलबीर बिट्टू जसपाल बांगरा वाले बैठे है नाल चन्ना आलमगीर की धरती का है माण है सानू जसा पीटी जी और साडे सतनाम मिंटा जी इटली तो बाज फ्रांस तो संतोख सिंह जी लाली भुवाले तो पहुंचे है इटली तो और साडे सत्कारयोग कुलवंत सिंह जी संघा साहब लैसर कबड्डी क्लब के मेन स्पोंसर पहुंचे है और साडे लड्डू जी पहुंचे है जुके तो असं उन्होंने बहुत बहुत धनबाद आखते। खेड मैदान फिर नौजवान की पाई हुई कबड्डी है कि छड़ दे वीरिया करनी तू रीस शराबियां दी हुण वेख पटाके पैंदे कौडी खेड पंजाबियां दी सैडा चेंज हो चुकी है। मालवा क्लब की टीम जिहड़ी है पिंड की तरफ है ते फलौर की तरफ है दड़ब की टीम है जिहड़े दर्शक वीर हुणे हुणे खेड मैदान च जुड़े है ते फलौर दे वाले टीम जिहड़ी है दड़बे दी है तरन कमान दी टीम है गुरमेल सिंह पहलवान दड़बे वाले दी टीम है और मालवा क्लब समराले दी टीम है ढंडिया दी तरफ है। लो भी लक्की कुराले लक्की कदों दी पाई हुई कबड्डी है लक्की कदों।